बहुत ही बड़ी बेड न्यूज शेयर की है और यूहनी सिंह ने अपने इंस्टाग्राम पर अल्फाज की एक फोटो शेयर की है और साथ ही लिखा प्रे फॉर माई ब्रदर अल्फाज और दोस्तों यहाँ पर फोटो में आप लोग साफ देख सकते हो की अल्फाज हॉस्पिटल में एडमिट है और उनकी हालत काफी ज्यादा गंभीर है तभी यहाँ पर यूयनि सिंह ने लिखा प्रे फॉर माई ब्रदर अल्फाज दोस्तों इस अपडेट को लेकर ज्यादा डिटेल में तो किसी ने कुछ नहीं बताया है लेकिन शायद हो सकता है कि अल्फाज का एक्सीडेंट हुआ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹਾਲ ਫਿਰਾਲ ਦੇ ਵਿੱਚ ਵੀ ਇਸੇ ਤਰ੍ਹਾਂ ਦੀ ਖਬਰ ਇੱਕ ਹੋਰ ਬਹੁਤ ਵੱਡੇ ਪੰਜਾਬੀ ਸਿੰਗਰ ਦੇ ਬਾਰੇ ਵਿਚ ਆ ਰਹੀ ਹੈ ਤੁਹਾਨੂੰ ਦੱਸ ਦਈਏ ਸਿੱਧੂ ਮੂਸੇਵਾਲੇ ਦੇ ਕਤਲ ਹੋਣ ਤੋਂ ਬਾਅਦ ਪੰਜਾਬੀ ਸਿੰਗਰਾਂ ਦੀ ਸਿਕਿਉਰਿਟੀ ਬਦਾਰਤੀ ਗਈ ਸੀ ਪਰ ਇਸ ਦੇ ਬਾਵਜੂਦ ਵੀ ਇੱਕ ਹੋਰ ਪੰਜਾਬੀ ਸਿੰਗਰ ਹਮਲੇ ਦਾ ਸ਼ਿਕਾਰ ਹੋ ਚੁੱਕਿਆ ਹੈ ਅਤੇ ਉਸ ਦੀ ਜਾਣ ਤੇ ਬਾਣੀ ਹੈ ਹਣੀ ਸਿੰਘ ਦੇ ਨਾਲ ਇੱਕ ਟਾਈਮ ਤੇ ਸ਼ੁਰੂ ਹੋਏ ਸਿੰਗਰ ਅਲਫਾਜ਼ ਜਿਨ੍ਹਾਂ ਦੇ ਗਾਣੇ ਤੁਸੀਂ ਬਖੂਬੀ ਸੁਨੇ ਹੋਣਗੇ ਉਹਨਾਂ ਬਾਰੇ ਬਹੁਤ ਵੱਡੀ ਖਬਰ ਆ ਰਹੀ ਹੈ ਤੁਹਾਨੂੰ ਦੱਸ ਦਈਏ ਉਹਨਾਂ ਤੇ ਜਾਨਲੇਵਾ ਹਮਲਾ ਕੀਤਾ ਗਿਆ ਹੈ ਤੇ ਇਸ ਉਪਤੋਂ ਉਹਨਾਂ ਨੂੰ ਹੌਸ ਹੋਸਪੀਟਲ ਦੇ ਵਿੱਚ ਦਾਖਲ ਵੀ ਕਰਵਾ ਦਿੱਤਾ ਗਿਆ ਹੈ ਅਤੇ ਹਣੀ ਸਿੰਘ ਨੇ ਵੀ ਇੱਕ ਸਟੋਰੀ ਸ਼ੇਅਰ ਕੀਤੀ ਹੈ ਆਪਣੇ ਇੰਸਟਾਗ੍ਰam ਦੇ ਉੱਪਰ ਅਤੇ ਸਾਰੇ ਫੈਨਜ਼ ਨੂੰ ਹੀ ਰਿਕਵੈਸਟ ਕੀਤੀ ਕਿ ਸਾਰੇ ਜਣੇ ਮੇਰੇ ਭਰਾ ਦੇ ਲਈ ਰਿਕਵੈਸਟ ਕਰੋ ਰੱਬ ਦੇ ਅੱਗੇ ਦੁਆ ਕਰੋ ਕਿ ਮੇਰੇ ਭਰਾ ਦੀ ਜਾਨ ਬਚ ਜਾਵੇ ਅਤੇ ਨਾਲ ਹੀ ਇਹ ਵੀ ਇੱਕ ਤਸਵੀਰ ਉਸ ਅਲਫਾਜ਼ ਸਿੰਗਰ ਦੀ ਸ਼ੇਅਰ ਕਰ ਦਿੱਤੀ ਅੱਜ ਹੀ ਸਿੱਧੂ ਮੂਸੇਵਾਲੇ ਦੇ ਕਤਲ ਮਾਮਲੇ ਦੇ ਵਿੱਚ ਇੱਕ ਗੈਂਗਸਟਰ ਫਰਾਰ ਹੋਇਆ ਸੀ ਅਤੇ ਅੱਜ ਹੀ ਇਹ ਕਾਂਡ ਆਪਣੇ ਸਾਹਮਣੇ ਆ ਗਿਆ ਦੋਸਤੋ ਕੀ ਪਤਾ ਕਿਹੜੇ ਪੰਜਾਬੀ ਸਿੰਗਰ ਬਚਣਗੇ ਅਤੇ ਕਿੰਨਾ ਕਿੰਨਾ ਨਾਲ ਕੀ ਕੀ ਚੱਲ ਰਿਹਾ ਹੈ ਪੰਜਾਬ ਸਰਕਾਰ ਦੇ ਵੱਲੋਂ ਹਜੇ ਤੱਕ ਕੋਈ ਠੋਸ ਆਹ ਬਈ ਤਾਂ ਕੀਤੀ ਨਹੀਂ ਗਈ ਇਹਨਾਂ